ਲਓ ਜੀ ਕੱਲ ਦੀ ਖਬਰ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਈ। ਹੁਣ ਵੀ ਲੋਕ ਅਜੇ ਕਿਉਂ ਨਹੀਂ ਸਮਝਦੇ ਵੀ ਲੀਡਰਾਂ ਮਗਰ ਨਾ ਲੱਗੋ। ਲੀਡਰਾਂ ਮਗਰ ਲੱਗ ਕੇ ਤੁਸੀਂ ਆਪਦੇ ਕਤਲ ਤੱਕ ਪਹੁੰਚ ਜਾਂਦੇ ਹੋ, ਪਰ ਲੀਡਰ ਇੱਕ ਮਿੰਟ ਲਾਉਂਦੇ ਆ ਪਾਰਟੀ ਬਦਲਣ ਲੱਗੇ ਤੇ ਤੁਹਾਨੂੰ ਕਿਹੜਾ ਪੁੱਛਦੇ ਆ ਉਹ। ਇਸ ਕਰਕੇ ਥੋੜ੍ਹਾ ਮੋਟਾ ਅਕਲ ਨੂੰ ਹੱਥ ਮਾਰੋ ਵੀ ਇਹਨਾਂ ਦਾ ਤਾਂ ਸਿਆਸਤ ਬਿਨਾਂ ਸਰਦਾ ਨਹੀਂ, ਕਿਉਂ ਕੰਮ ਹੀ ਇਹਨਾਂ ਨੇ ਐਡੇ ਘਟੀਆ ਕਰੇ ਹੁੰਦੇ ਆ ਵੀ ਇਹਨਾਂ ਨੂੰ ਪਾਵਰ 'ਚ ਰਹਿਣਾ ਬਹੁਤ ਜ਼ਰੂਰੀ ਹੁੰਦਾ। ਹੁਣ ਮਨਪ੍ਰੀਤ, ਹੁਣ ਜਿਹੜੇ ਬੰਦਿਆਂ ਨੇ ਮਨਪ੍ਰੀਤ ਪਿੱਛੇ ਕੁੱਟ ਖਾਧੀ, ਧੜੇ ਬੰਦੀਆਂ ਪੈਦਾ ਹੋਈਆਂ, ਉਸ ਚੀਜ਼ ਦਾ ਕੌਣ ਜ਼ਿੰਮੇਵਾਰ ਹੈ? ਕੋਈ ਜ਼ਿੰਮੇਵਾਰ ਨਹੀਂ। ਹੁਣ ਮਨਪ੍ਰੀਤ ਨਾਲ ਮੈਂਟ ਲਾਇਆ, ਪਾਰਟੀ ਬਦਲ ਲਈ ਅਤੇ ਰਾਜਾ ਵੜਿੰਗ ਵੀ ਸੌਖਾ ਹੋ ਗਿਆ। ਰਾਜਾ ਵੜਿੰਗ ਨੂੰ ਲੱਗਿਆ ਵੀ ਵਧੀਆ ਚੱਲ ਪਿਆ, ਖੜਾ ਛੁੱਟਿਆ, ਉਹ ਵੀ ਇਹ ਬੰਦਾ ਕਿਸੇ ਕੰਮ ਦਾ ਹੈ ਨਹੀਂ ਸੀ। ਇਹਨਾਂ ਨੇ ਮਨਪ੍ਰੀਤ ਬਾਦਲ ਨੇ ਰੱਜ ਕੇ ਪੂਰਾ ਕਰਪਸ਼ਨ ਕਰੀ ਹੈ। ਇਹਦਾ ਰਿਫਾਈਨਰੀ ਦੇ ਵਿੱਚ ਹੀ ਹਿੱਸਾ ਸੀ, ਫਿਰ ਇਹਨੇ ਨਗਰ ਨਿਗਮ 'ਚ ਬਹੁਤ ਪੈਸੇ ਖਾਧੇ ਹੈ। ਗੁੰਡਾ ਪਰਚੀ ਜੋ ਲੈਂਦਾ ਸੀ, ਰੱਜ ਕੇ ਮਨਪ੍ਰੀਤ ਸਿੰਘ ਬਾਦਲ ਨੇ ਚਿੱਟਾ ਪਕਾਇਆ ਅਤੇ ਹੁਣ ਮਿੰਟ ਮਰਿਆ ਅਤੇ ਬੀਜੇਪੀ 'ਚ ਵਗ ਗਿਆ। ਆਹ ਸੰਗਤ ਮੰਡੀ, ਇਹਨਾਂ ਨੇ ਥਾਣਿਆਂ ਦਾ ਰੇਟ ਚੱਲਦਾ ਹੁੰਦਾ ਸੀ ਸੰਗਤ ਮੰਡੀ, ਅਤੇ ਇਹ ਦਿੱਲੀ ਦਾ ਇਹ ਪੈਸੇ ਲੈ ਕੇ ਜਾਂਦੇ ਹੁੰਦੇ ਸੀ ਇਕੱਠੇ ਕਰਕੇ ਜੋ। ਪਰ ਲੋਕ ਸਾਡੇ ਹਜੇ ਵੀ ਭੇਡ ਚਾਲ ਦੇ ਵਿੱਚ ਫਸੇ ਹੋਏ ਹੈ। ਹੁਣ ਉਹ ਲੋਕਾਂ ਨੂੰ ਕੌਣ ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਕਿਸੇ ਮਿੰਟ ਵਾਂਗੂ ਮੱਖੀ ਵਾਂਗੂ ਮਾਰ ਕੇ ਮੱਖੀ ਵਾਂਗੂ ਕੱਢਿਆ ਬਾਹਰ ਮਾਰਿਆ ਚਲਾ ਕੇ ਲੈ। ਹੁਣ ਫਿਰਦੇ ਰਹੇ ਹੋ ਮਨਪ੍ਰੀਤ ਹੋ ਗਿਆ। ਐਵੇਂ ਤੁਸੀਂ ਲੀਡਰਾਂ ਪਿੱਛੇ ਇੱਕ ਦੂਜੇ ਨਾਲ ਲੜੀ ਜਾਂਦੇ ਹੋ। ਆਪਦੇ ਪਿੰਡ 'ਚ ਭਾਈਚਾਰਕ ਸਾਂਝ ਰੱਖੋ ਤਾਂ ਜੋ ਤੁਹਾਨੂੰ ਕੋਈ ਮਾੜਾ ਚੰਗਾ ਨਾ ਬੋਲੇ। ਮਨਪ੍ਰੀਤ ਦਾ ਕੀ ਗਿਆ, ਇਹ ਤਾਂ ਵੱਡੇ ਕਰੋੜਾਂਪਤੀ ਬੰਦੇ ਆ, ਤੁਹਾਡੇ ਕੋਲ 2-3 ਕਿੱਲੇ ਪੈਲੀ ਹੁੰਦੀ ਹੈ, ਤੁਸੀਂ ਉਹ ਵੀ ਕਤਲ ਕਰਵਾ ਕੇ ਇੱਕ ਦੂਜੇ, ਕੋਈ ਜੇਲ੍ਹ 'ਚ ਬੈਠਾ, ਕੋਈ ਐਵੇਂ ਲੜ ਪਿਆ, ਐਵੇਂ ਗਾਲੋ ਗਾਲੀ ਹੁੰਦੀ ਹੈ ਜਾਂਦੇ। ਇਹਨਾਂ ਦਾ ਕੀ ਜਾਂਦਾ ਲੀਡਰਾਂ ਦਾ, ਅਤੇ ਤੁਸੀਂ ਐਵੇਂ ਪਿੰਡ 'ਚ ਆਪਦਾ ਸਾਰੀ ਉਮਰ ਦਾ ਬਤੂਰ ਪਾ ਕੇ ਉਹਨਾਂ। ਇਸ ਕਰਕੇ ਤੋਂ ਸਿੱਖਣ ਨੂੰ ਇਹ ਮਿਲਦਾ ਵੀ ਸਾਨੂੰ ਪਿੰਡ 'ਚ ਕਿਸੇ ਨਾਲ ਵੀ ਨਹੀਂ ਲੜਨਾ ਚਾਹੀਦਾ। ਹਾਂ, ਵੋਟਾਂ ਪਾਉਣੀਆਂ ਜਿਹਨੂੰ ਮਰਜ਼ੀ ਪਾਓ, ਪਰ ਸਾਨੂੰ ਆਪਦੀ ਪਰਿਵਾਰਕ ਸਾਂਝ ਨਹੀਂ ਖਰਾਬ ਕਰਨੀ ਚਾਹੀਦੀ। ਪਿੰਡ 'ਚ ਤੌਰ 'ਤੇ ਆਪਦੀ ਸਾਂਝ ਨਹੀਂ ਖਰਾਬ ਕਰਨੀ ਚਾਹੀਦੀ। ਜਿੱਥੇ ਵੋਟ ਪਾਉਣੀ ਹੈ ਪਾਓ, ਕੋਈ ਪ੍ਰੋਬਲਮ ਨਹੀਂ। ਹੁਣ ਮਨਪ੍ਰੀਤ ਬਾਦਲ ਤਾਂ ਹੁਣ ਇਹਦੇ ਨਾਲ ਵੋਟਾਂ ਥੋੜ੍ਹੀ ਗਈਆਂ, ਇਹ ਤਾਂ ਆਪ ਜੁਆਇਨ ਕਰ ਲਿਆ, ਉੱਧਰੋਂ ਪੈਸੇ ਮਿਲ ਗਏ, ਉੱਧਰ ਗਏ, ਇੱਧਰੋਂ ਆ ਗਏ, ਪਹਿਲਾਂ ਉੱਧਰੋਂ ਐਵੇਂ ਸਿਰ ਫੜਵਾਈ ਗਏ ਇਹਦੇ ਮਗਰ ਲੱਗ ਕੇ। ਪਹਿਲਾਂ ਇਹਨੇ ਪੀਪਲ ਪਾਰਟੀ ਬਣਾਈ, ਉੱਧਰੋਂ ਸਿਰ ਫਿਰ ਇੱਧਰ ਕਾਂਗਰਸ 'ਚ ਆ ਗਿਆ। ਇਹ ਵੋਟਰਾਂ ਨੂੰ ਤਾਂ ਸਮਝਦੇ ਕੁਛ ਨਹੀਂ। ਜਿੰਨਾ ਹੁਣ ਪਿੰਡਾਂ ਦੇ ਵਿੱਚ ਲਪੜੋ ਲਪੜੀ ਹੋ ਗਏ ਵੋਟਾਂ ਪਿੱਛੇ ਜਿਹੜੇ ਪਿੰਡਾਂ 'ਚ, ਅਤੇ ਉਹਨਾਂ ਦਾ ਤਾਂ ਸਾਰੀ ਉਮਰ ਦਾ ਬੈਰ ਪੈ ਗਿਆ, ਅਤੇ ਮਨਪ੍ਰੀਤ ਦਾ ਕੀ ਗਿਆ। ਇਸ ਕਰਕੇ ਕਹਿੰਦੇ ਆ ਵੀ ਇਸ ਚੀਜ਼ ਤੋਂ ਜਿੰਨਾ ਬਚ ਹੋ ਸਕੇ ਬਚੋ, ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਤਾਂ ਜੋ ਆਮ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ, ਅਤੇ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ।